पंजाब के सीएम चरणजीत सिंह चन्नी जब से मुख्यमंत्री की कुर्सी पर बैठे हैं तब से एक्टिव मोड में हैं। आज आपको उनका एक ऐसा वीडियो दिखाएंगे जहां सीएम चन्नी प्रदर्शन कर रहे युवकों के पास पहुंच गए और किस तरीके से उनकी समस्या का हल निकाला, आप इस वीडियो में देखिए। 2000 मेरे पास कितने 11 तारीख नो आ जाओ, मतलब 12 नो, मेरे घर ब्याह है, मैं 4-5 दिन हो फ्री नहीं है, फिर तुसी मेरे को आ जाओ, इस तरह सड़कां च ना रोलो, ਤੁਸੀਂ ਵੀ ਸਾਡੇ ਭਾਈ ਹੋ, ਜੋ ਮੈਂ ਕਰ ਸਕਦਾ ਹੋਇਆ ਤੁਹਾਡਾ ਕਰੂੰਗਾ। ਸਰ ਸਾਡੀ ਦਾ ਰਿਕੁਐਸਟ ਹੈ, ਸਾਡੀ ਦਾ ਆਸ ਹੈ ਸਰ ਤੁਹਾਡੇ ਤੇ, ਸਾਡੇ ਟੀਵੀ ਸਾਹਿਬ ਕੋਲੇ ਸਾਰਾ ਕੁਝ ਬਣਿਆ, ਜੋ ਵੀ ਹੈ ਆਪਾਂ ਦੇਖਾਂਗੇ। ਵਾਲੇ ਜਿਹੜੇ ਇਹਨਾਂ ਨੂੰ ਰਿਕੁਐਸਟ, ਦੇਖੋ ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ ਵੀਰੇ, ਇਹ ਟੈਂਕੀਆਂ ਪਰ ਚੜ ਕੇ ਕੁਝ ਨਹੀਂ ਬਣਨਾ। ਜੀ ਸਰ, ਮੈਂ ਤੁਹਾਡੇ ਕੋਲ ਆਪ ਚੱਲ ਕੇ ਆਇਆ ਨਾ। ਜੀ ਸਰ, ਜੀ ਸਰ, ਹੋਰ ਉਹਦਾ ਲੰਘ ਜਾਣਾ ਤਾਂ ਉਹਨੇ। ਜੀ ਸਰ, ਜੀ ਸਰ, ਤੁਸੀਂ ਮੇਰੇ ਕੋਲ ਆਓ। ਜੀ ਸਰ, ਮੈਂ ਆਪਾਂ ਬੈਠ ਕੇ ਗੱਲ ਕਰਾਂਗੇ। ਜੀ ਸਰ, ਜੀ ਸਰ, ਜੋ ਮਸਲਾ ਜਿੰਨਾ ਵੱਧ ਤੇ ਵੱਧ ਹੋ ਸਕਦਾ ਹੋਇਆ ਕਰਾਂਗੇ। ਜੀ ਸਰ, ਠੀਕ ਹੈ, ਲੇਕਿਨ ਆ ਜਿਹੜੀ ਪਿੱਛੇ ਦੌੜ बादल सरकार दे टाइम सर 1400-1600 पोस्टा सीगियां, 5581 पोस्टा फिल करियां जी, 1835 पोस्टा पेंडिंग रखती है जी, ते 2017 दे विच अपनी जी सरकार आई सीगी उहदे विच 300 उम्मीदवार इदा दे सीगे जी, उहनां दे गलत सर्टिफिकेट रिवाइज कर करके उहनां नूं कढ़ता सीगा 1300 बंदे जी, ਉਹ ਬਾਕੀ 1835 ਪੋਸਟਾਂ ਆਏ ਜੀ, ਇਹ ਪੈਂਡਿੰਗ ਪਈਆਂ, ਸਾਨੂੰ ਸਰ ਸਾਰਿਆਂ ਦੀ ਵੈਰੀਫਿਕੇਸ਼ਨ ਹੋ ਗਈ, ਸਾਰੇ ਐਲੀਜੀਬਲ ਆ ਜੀ, ਸਾਰਿਆਂ ਦੇ ਮੁੰਡਿਆਂ ਦੀ ਵੈਰੀਫਿਕੇਸ਼ਨ ਹੋ ਗਈ, ਮੈਡੀਕਲ ਹੋ ਗਿਆ, ਸਮਝ ਗਿਆ ਗੱਲ ਜੀ ਸਰ, ਤੁਸੀਂ ਮੇਰੇ ਪਾਸ 14 ਤਰੀਕ ਨੂੰ ਆਇਓ, ਇਹ ਮੇਰੇ ਬੰਦੇ ਤੁਹਾਨੂੰ ਟਾਈਮ ਦੇ ਦੇਣਗੇ। ਜੀ ਸਰ, ਇਹ ਐਸਪੀ ਸਾਹਿਬ ਤੁਹਾਨੂੰ ਲੈ ਆਣਗੇ। ਜੀ ਸਰ, ਜੀ ਸਰ, 2-4 ਜਾਣੇ ਜਿਹੜੇ ਚੰਗੀ ਗੱਲ ਕਰ ਸਕਦੇ, ਮੈਂ ਅਫਸਰਾਂ ਨੂੰ ਬਿਠਾਉਂਗਾ, ਤੁਹਾਨੂੰ ਬਿਠਾਉਂਗਾ, ਕੋਈ ਨਤਾਰਾ ਕੱਢਦਾਗਾ ਜਦ ਤੱਕ ਸੜਕਾਂ ਪਰ ਨਾ ਰੋਲੋ। ਜੀ ਸਰ, ਜੀ ਸਰ, ਜੁੜੋ ਇੱਕ ਗੱਲ ਸੁਣੋ, ਪਹਿਲਾਂ ਮੈਨੂੰ ਇਹ ਦੱਸੋ ਟੈਂਕੀ ਪਰ ਤੇ ਉਤਰੋਗੇ? ਹਾਂ ਸਰ, ਅਸੀਂ ਜਿੱਦਾਂ ਹੋਰ ਤੁਸੀਂ ਕਹਿ ਰਹੇ ਹੋ ਅੱਜ ਉਤਰੋ। ਜੀ ਸਰ, ਅੱਜ ਟੈਂਕੀ ਪਰ ਤੇ ਉਤਰੋ, ਸੁਣੋ, ਸਾਸਕ੍ਰਿਆਪਾਲ ਟੈਂਕੀ ਪਰ ਤੇ ਉਤਰੋ, ਸੁਣੋ, ਟੈਂਕੀ ਪਰ ਤੇ ਉਤਰੋ, ਧਰਨੇ ਚੱਕੋ, ਪਿੱਛੇ ਦੌੜਨਾ ਬੰਦ ਕਰੋ, ਦੋ ਜਾਣੇ ਆਓਗੇ, ਜੋ ਮਸਲਾ ਹੋਏਗਾ ਹੱਲ ਕਰਦਾਂਗੇ। ਜੀ ਸਰ, ਆ ਸਰ ਸਾਡੇ